ਸੁਣਿਆ ਵੇਖਿਆ ਸਿੰਘ ਫਿਰ ਗੁਰਬਸ ਨਪਰਿਆ ਸਦਾ ਟਲ ਗੁਰਸੇ ਸਹਿਜ ਸੁਭਾ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਤ ਵਾਹਿਗੁਰੂ ਜੀ ਧੰਨ ਗੁਰੂ ਗਰੀਬ ਨਿਵਾਸ ਧਨਾਸਰੀ ਮਹਿਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਦਿਸਦਾ ਸੋਈ ਸੁਗਣ ਸੁਜਾਨੀ ਤੇ ਸੁਣਿਆ ਤੁਮ ਸੁਖ ਮੇਰਾ ਤੋਬਦ ਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਦਿਸਦਾ ਸੋਈ ਸੁਗਣ ਸੁਜਾਨੀ ਤੇ ਸੁਣਿਆ ਤੁਮ ਸੁਖ ਮੇਰਾ ਤੋਬਦ ਨੀ ਕੀ ਖਟਾਨੀ ਜੀ ਕੀ ਇਹ ਕਹਿਰੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਲ ਤਿਲ ਨਹੀਂ ਕੀਮਤ ਜਾਨੀ ਰਹਾ ਅੰਮ੍ਰਿਤ ਨਾ ਨਿਰਮੋਲਕ ਹੀਰਾ ਗੁਰ ਦੀ ਨੋ ਮੰਤਾਨੀ ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਦੀ ਚੁਆਮ ਤੁਮ ਕਚ ਹੋਤੇ ਤਿਨ ਕੀ ਬਾਤ ਮਿਲਾਨੀ ਅਲੰਕਾਰ ਮਿਲ ਫੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟੇ ਜੋਤ ਸਹਿਜ ਸੁਖ ਸੋਗਾ ਬਾਜੇ ਅਨਹਦ ਬਾਨੀ ਕਉ ਨਾਨਕ ਨੇ ਚਲ ਘਰ ਬਾਂਧਿਓ ਗੁਰ ਕੀ ਜੋ ਬੰਧਾਨੀ ਪ੍ਰਗਟੇ ਜੋਤ ਸਹਿਜ ਸੁਖ ਸੋਗਾ ਬਾਜੇ ਅਨਹਦ ਬਾਨੀ ਕਉ ਨਾਨਕ ਨੇ ਚਲ ਘਰ ਬਾਂਧਿਓ ਗੁਰ ਕੀ ਜੋ ਬੰਧਾਨੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿ ਸ੍ਰੀ ਅਕਾਲ ਜੀ ਸਾਹਿਬ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪੁੱਤਰ ਬਚਨ ਆਪ ਜੀ ਨੇ ਹੁਕਮਨਾਮਾ ਸਰਵ ਕੀਤਾ ਹੈ ਸਤਿਗੁਰ ਗਰੀਬ ਨਿਵਾਸ ਪਾਤਸ਼ਾਹ ਜੀ ਬਚਨ ਕਰਦੇ ਨੇ ਜਿਸ ਕਾ ਤਨ ਮਨ ਧਨ ਸਭ ਦਿਸ ਪਰ ਬੰਦੇ ਦੀ ਸੋਚ ਕੈਸੀ ਹੈ ਬੰਦਾ ਬਿਲਕੁਲ ਇਸਦੇ ਉਲਟ ਸਭ ਕੁਛ ਸੋਚਦਾ ਹੈ ਸਭ ਕੁਛ ਉਸ ਮਾਲਕ ਦਾ ਹੈ ਪਰ ਬੰਦੇ ਦੀ ਸੋਚ ਇਹ ਹੈ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਤਨ ਮਨ ਥਾਪ ਕੀ ਆ ਸਭ ਆਪਣਾ ਇਹ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਕਰਕੇ ਸਿੱਖ ਨੂੰ ਜਦੋਂ ਅਰਪਣ ਕਰਨ ਦੀ ਵੀ ਗੱਲ ਆਖੀ ਨਾ ਤੂੰ ਕੀ ਅਰਪਣਾ ਹੈ ਮਾਲਕ ਨੂੰ ਕੀ ਦੇਣਾ ਹੈ ਤਾਂ ਉਸ ਵਕਤ ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਤਨ ਮਨ ਧਨ ਸਭ ਸੌਂਪ ਦਿਓ ਕਿਉਂ ਕਿਉਂਕਿ ਉਸ ਮਾਲਕ ਨੇ ਯਕੇਰਾ ਨਹੀਂ ਇਸ ਕਰਕੇ ਮਾਲਕ ਦੀ ਵਸਤੂ ਹੈ ਜਦੋਂ ਸੌਂਪਣਾ ਵੀ ਹੈ ਤੇ ਫਿਰ ਮਾਲਕ ਨੂੰ ਸੌਂਪਣਾ ਲਈ ਵੀ ਇਹੋ ਕੁਛ ਚਾਹੀਦਾ ਗੁਰੂ ਕਿਰਪਾਲਤਾ ਕਰੇ ਜਿਹੜੀ ਗੱਲ ਅਸੀਂ ਲਈ ਬੈਠੇ ਹਾਂ ਉਹਦੇ ਰਾਹੀਂ ਸਾਨੂੰ ਕੀ ਮਿਲਣਾ ਉਸ ਰਾਹੀਂ ਤਾਂ ਸਾਨੂੰ ਖੁਸ਼ੀਆਂ ਮਿਲ ਰਹੀਆਂ ਨੇ ਦੂਜੇ ਪਾਸੇ ਸਾਨੂੰ ਕੀ ਮਿਲਦਾ ਜਦੋਂ ਅਸੀਂ ਇਸਨੂੰ ਆਪਣਾ ਕਰਕੇ ਮੰਨਦੇ ਹਾਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤਨ ਮਨ ਥਾਪ ਕੀ ਆ ਸਭ ਆਪਣਾ ਇਹ ਆਵਣ ਜਾਣ ਉਹ ਸਾਨੂੰ ਕੁਛ ਮਿਲਦਾ ਸੰਸਾਰ ਵਿੱਚ ਮੁੜ ਮੁੜ ਆਉਣ ਤੇ ਜਾਣ ਜਿਹੜਾ ਉਹ ਗੁਰੂ ਦਾ ਇਸੇ ਕਰਕੇ ਹੈ ਕਿਉਂਕਿ ਇਸ ਨੂੰ ਅਸੀਂ ਆਪਣਾ ਕਰਕੇ ਮੰਨ ਲਿਆ ਸਾਨੂੰ ਇੱਕ ਚੀਜ਼ ਜ਼ਰੂਰ ਪੜਾਈ ਨਜ਼ਰ ਆਉਂਦੀ ਹੈ ਬਾਕੀ ਸਭ ਕੁਝ ਆਪਣਾ ਮਿਲਦਾ ਇੱਕ ਚੀਜ਼ ਪੜਾਈ ਲੱਗਦੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਅੰਦਰ ਲਿਆਜ ਨਹੀਂ ਕੀਤਾ ਨਾ ਮੇਰਾ ਦੇ ਨਾ ਤੁਹਾਡਾ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਕਹਿੰਦੇ ਨੇ ਸਭ ਕੁਛ ਆਪਣਾ ਇੱਕ ਰਾਮ ਪਰਾ ਇੱਕ ਮਾਲਕ ਪਰਾਇਆ ਲੱਗਦਾ ਸਾਨੂੰ ਉਹ ਉਪਰਾ ਲੱਗਦਾ ਬਾਕੀ ਸਭ ਕੁਛ ਆਪਣਾ ਲੱਗਦਾ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਸਾਨੂੰ ਆਖਦੇ ਨੇ ਕਹਿੰਦੇ ਨੇ ਐ ਸਿੱਖ ਉਹ ਮਾਲਕ ਤੇਰਾ ਹੈ
ਬਾਕੀ ਕੁਝ ਆਪਣਾ ਹੈ ਕਿ ਨਹੀਂ ਹੈ, ਪਰ ਮਾਰਗ ਜ਼ਰੂਰ ਦੇ। ਇਸ ਕਰਕੇ ਜਿਸ ਮਾਲਕ ਦਾ ਦਿੱਤਾ ਹੋਇਆ ਉਸ ਮਾਲਕ ਨੂੰ ਚੇਤੇ ਕਰ, ਤੇ ਇਹ ਗੱਲ ਹਮੇਸ਼ਾ ਆਪਣੇ ਮਨ ਚ ਪਰੋ ਕੇ ਰੱਖ, ਮੇਰਾ ਮੁਜਮੇ ਕਿਸ ਨਹੀਂ ਯੋਗ ਜਾਇ ਸੋ ਦੇ। ਗੁਰੂ ਕਿਰਪਾਲਤਾ ਕਰੇ, ਦਾਤਾ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।